ਸਤਿ ਸ਼੍ਰੀ ਅਕਾਲ, ਮੈਂ ਹਰਮਨ, ਦੈਨਿਕ ਸਵਰਾਜ ਤੁਹਾਡਾ ਸਵਾਗਤ ਹੈ। ਪਹਿਲਾਂ ਨਜ਼ਰ ਮਾਰਦੇ ਹਾਂ ਇਸ ਬੁਲੇਟਿਨ ਦੀਆਂ ਮੁੱਖ ਖਬਰਾਂ ਤੇ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮੁਕਤਸਰ ਸਾਹਿਬ ਵਿਖੇ ਸਮਾਰਟ ਸਕੂਲ 'ਚ 5 ਪ੍ਰੋਜੈਕਟਰ ਦੀ ਕੀਤੀ ਸ਼ੁਰੂਆਤ। ਹਿੰਦੁਸਤਾਨ ਪੈਟਰੋਲੀਅਮ ਨੇ ਪਾਵਰ 9.9 ਨਾਮਕ ਇੱਕ ਨਵਾਂ ਪ੍ਰੋਜੈਕਟ ਕੀਤਾ ਲਾਂਚ। ਫਿਰੋਜ਼ਪੁਰ 'ਚ ਆੜ੍ਹਤੀਏ ਤੋਂ ਪਰੇਸ਼ਾਨ ਕਿਸਾਨ ਨੇ ਨਹਿਰ 'ਚ ਛਾਲ ਮਾਰ ਕੀਤੀ ਖੁਦਕੁਸ਼ੀ। ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਲੋਕਾਂ ਨੂੰ ਮਿਆਰੀ ਸਿੱਖਿਆ ਤੇ ਉੱਤਮ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਦਾ ਦਾਅਵਾ ਕੀਤਾ। ਸਾਧੂ ਸਿੰਘ ਧਰਮਸੋਤ ਮੁਕਤਸਰ ਸਾਹਿਬ ਦੇ ਪਿੰਡ ਉਦੇਕਰਨ ਵਿਖੇ ਸਮਾਰਟ ਸਕੂਲ ਵਜੋਂ ਵਿਕਸਿਤ ਕੀਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ 5 ਪ੍ਰੋਜੈਕਟਰਸ ਨੂੰ ਰਸਮੀ ਤੌਰ ਤੇ ਸ਼ੁਰੂ ਕਰਵਾਉਣ ਪਹੁੰਚੇ ਸਨ। ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿੱਖਿਆ ਅਤੇ ਉੱਤਮ ਸਿਹਤ ਸਹੂਲਤਾਂ ਉਪਲਬਧ ਕਰਾਉਣ ਲਈ ਵਚਨਬੱਧ ਹੈ। ਇਹ ਦਾਅਵਾ ਇੱਕ ਵਾਰ ਫਿਰ ਤੋਂ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੀਤਾ। ਉਹ ਮੁਕਤਸਰ ਸਾਹਿਬ ਦੇ ਪਿੰਡ ਉਦੇਕਰਨ ਵਿਖੇ ਸਮਾਰਟ ਸਕੂਲ ਵਜੋਂ ਵਿਕਸਿਤ ਕੀਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ 5 ਪ੍ਰੋਜੈਕਟ ਨੂੰ ਰਸਮੀ ਤੌਰ 'ਤੇ ਸ਼ੁਰੂ ਕਰਵਾਉਣ ਪਹੁੰਚੇ ਹੋਏ ਸਨ। ਕੀਤਾ ਵੀ ਖਰਚੇ ਘਟਾਉਣ ਅਤੇ ਇੱਕ ਤਾਂ ਮੰਤਰੀ ਨੇ ਬਿਲਕੁਲ ਠੀਕ ਕੀਤਾ, ਬਿਲਕੁਲ ਠੀਕ ਕੀਤਾ ਤੇ ਇੱਕ ਕੰਮ ਵੱਧ ਕਰੋ, ਖਰਚਾ ਘੱਟ ਕਰੋ, ਠੀਕ ਕੀਤਾ। ਗੱਡੀਆਂ ਦਾ ਵੀ ਕਢਾਇਆ ਵੀ ਗੱਡੀਆਂ ਵੀ ਘੱਟ ਵਰਤੋ, ਬਿਲਕੁਲ ਜਿੰਨੀਆਂ ਨਾਲ ਘੱਟ ਤੋਂ ਘੱਟ ਸਰ ਸਕਦਾ ਉਹਦੇ ਨਾਲ ਸਾਰਨਾ ਚਾਹੀਦਾ। ਬਹੁਤ ਆਉਂਦਾ ਹੀ ਹੈ, ਮੇਰੇ ਨਾਲ ਇੱਕ ਹੀ ਗੱਡੀ ਹੈ, ਸਾਡੀ ਆਪਣੀ ਗੱਡੀ ਹੈ। ਹੁਣ ਡੀਸੀ ਦਾ ਆਏਗਾ ਉਹ ਗੱਡੀ ਤੇ ਆਏਗਾ, ਕਾਹਦੇ ਤੇ ਚੜ੍ਹ ਕੇ ਆਏਗਾ ਫਿਰ, ਹੋਰ ਫਾਲਤੂ ਕਿਹੜੀ ਗੱਡੀ ਦੱਸੋ। ਜਿਹੜੀ ਪਾਇਲਟਸ ਗੱਡੀਆਂ ਉਹ ਵੀ ਬੰਦ ਕਰ ਦਿੱਤੀਆਂ ਗਈਆਂ ਨੇ, ਵੀ ਐਮਐਲਏ ਹੋਵੇ ਚਾਹੇ ਮਿਨਿਸਟਰ ਹੋਵੇ, ਉਹਨਾਂ ਨਾਲ ਪਾਇਲਟ ਪਾਇਲਟ ਦੀ ਕੋਈ ਪਾਇਲਟ ਦੀ ਗੱਡੀ ਤੇ ਮਿਨਿਸਟਰ ਨੂੰ ਮਿਲਦੀ ਹੈ ਵਿਦਆਊਟ ਸਿਕਿਉਰਿਟੀ, ਸਿਕਿਉਰਿਟੀ ਪਰਪਸ ਹੈ, ਬਿਨਾਂ ਪਰਪਸ ਤੋਂ ਕੋਈ ਗੱਡੀ ਨਹੀਂ ਚੱਲੇਗੀ। ਸਰ ਇੱਕ ਜਿਹੜੇ ਫੋਰਨ ਜਾਂਦੇ ਸੀਗੇ ਐਮਐਲਏ ਸਾਹਿਬ ਜਾਂ ਮਿਨਿਸਟਰ ਸਾਹਿਬ, ਉਹ ਵੀ ਉਹਨਾਂ ਨੇ ਬੰਦ ਕਰਤਾ ਉਹ ਖਜ਼ਾਨੇ ਤੇ, ਜਿੱਦਣ ਦੀ ਸਰਕਾਰ ਬਣੀ ਉਦਣ ਦੀ ਬੰਦ ਕੀਤੇ ਹੋਏ। ਜਿਹੜੇ ਜਿਹੜੇ ਕਾਰਜਕਾਰੀਆਂ ਭੰਗ ਕੀਤੀਆਂ ਸਰ, ਉਹਨਾਂ ਬਾਰੇ ਜ਼ਿਲ੍ਹੇ ਦੀਆਂ ਕਾਰਜਕਾਰੀਆਂ ਭੰਗ ਕੀਤੀਆਂ? ਇਹ ਮੈਡਮ ਸੋਨੀਆ ਗਾਂਧੀ ਜੀ, ਜਾਖੜ ਸਾਹਿਬ ਤੇ ਮੁੱਖ ਮੰਤਰੀ ਜੀ ਜਾਣਦੇ ਨੇ, ਇਹਦਾ ਮੈਂ ਨਹੀਂ ਕੁਛ ਕਹਿ ਸਕਦਾ। ਇਸ ਤੋਂ ਪਹਿਲਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ 546 ਸਕੂਲਾਂ ਵਿੱਚੋਂ 436 ਸਕੂਲਾਂ ਨੂੰ ਸਮਾਰਟ ਸਕੂਲ 'ਚ ਤਬਦੀਲ ਕੀਤਾ ਗਿਆ। ਮੁਕਤਸਰ ਸਾਹਿਬ ਤੋਂ ਗੁਰਿੰਦਰ ਸਿੰਘ ਸੇਖੋਂ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਹਿੰਦੁਸਤਾਨ ਪੈਟਰੋਲੀਅਮ ਨੇ ਚੰਡੀਗੜ੍ਹ 'ਚ ਪਾਵਰ 9.9 ਨਾਮਕ ਇੱਕ ਨਵਾਂ ਪ੍ਰੋਡਕਟ ਲਾਂਚ ਕੀਤਾ, ਜਿਸ ਦਾ ਦਾਮ ਪੈਟਰੋਲ ਦੇ ਮੁਕਾਬਲੇ ਜ਼ਿਆਦਾ ਹੈ, ਪਰ ਇਸ ਦੇ ਫਾਇਦੇ ਵੀ ਜ਼ਿਆਦਾ ਦੱਸੇ ਜਾ ਰਹੇ ਨੇ। ਕੀ ਨੇ ਇਸ ਦੇ ਫਾਇਦੇ, ਦੇਖੋ ਇਸ ਰਿਪੋਰਟ 'ਚ। ਹਿੰਦੁਸਤਾਨ ਪੈਟਰੋਲੀਅਮ ਨੇ ਚੰਡੀਗੜ੍ਹ ਵਿੱਚ ਪਾਵਰ 99 ਨਾਮਕ ਇੱਕ ਨਵਾਂ ਪੈਟਰੋਲੀਅਮ ਪ੍ਰੋਡਕਟ ਲਾਂਚ ਕੀਤਾ। ਸਾਡੇ ਨਾਲ ਹਿੰਦੁਸਤਾਨ ਪੈਟਰੋਲੀਅਮ ਦੇ ਚੀਫ ਜਨਰਲ ਮੈਨੇਜਰ ਨੇ ਸ਼ੈਲਜ ਰਾਜ ਗੁਪਤਾ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਇਸ ਸੰਬੰਧ ਵਿੱਚ ਉਹਨਾਂ ਦਾ ਕੀ ਕਹਿਣਾ, ਕੀ ਇਹ ਜਿਹੜਾ ਪਾਵਰ 99 ਹੈ ਇਹ ਬਿਹਤਰ ਹੈ, ਕੀ ਇਸਦਾ ਪ੍ਰਾਈਜ਼ ਹੈ, ਘੱਟ ਹੈ, ਵੱਧ ਹੈ ਆਮ ਪੈਟਰੋਲ ਤੋਂ? ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਦੇਖੀਏ, ਪਾਵਰ 99 ਕਾ ਪੈਟਰੋਲ ਕੇ ਮੁਕਾਬਲੇ ਰੇਟ ਜ਼ਿਆਦਾ ਹੈ। ਇਸਕੀ ਕੋਸਟ ਅੱਜ ਕੀ ਤਾਰੀਖ ਮੇ ਚੰਡੀਗੜ੍ਹ ਮੇ 90 ਰੁਪਏ ਹੈ, ਔਰ ਪੈਟਰੋਲ ਕੀ ਕਰੀਬ ਕਰੀਬ 70 ਰੁਪਏ, ਮੈਂ ਆਪਕੋ ਅਪਰੋਕਸੀਮੇਟਲੀ 90 ਰੁਪਏ 28 ਪੈਸੇ ਉਸਕਾ ਰੇਟ ਹੈ। ਜ਼ਿਆਦਾ ਇਸ ਲਈ ਕਿਉਂਕਿ ਇਸਮੇ ਆਕਟੇਨ ਜ਼ਿਆਦਾ ਹੈ, 99 ਆਕਟੇਨ ਹੈ, ਆਮ ਪੈਟਰੋਲ ਮੇ 91 ਆਕਟੇਨ ਹੈ, ਔਰ ਸਪੈਸ਼ਲ ਏਕਮਾਤਰ ਕੰਪਨੀ ਹੈ ਪੂਰੇ ਹਿੰਦੁਸਤਾਨ ਮੇ ਜੋ ਇਸ ਪ੍ਰੋਡਕਟ ਕੋ ਮਾਰਕੀਟ ਕਰਤੀ ਹੈ। ਚੰਡੀਗੜ੍ਹ ਮੇ ਆਜ ਕੇ ਪਹਿਲੇ ਪ੍ਰੋਡਕਟ ਅਵੇਲੇਬਲ ਨਹੀਂ ਥਾ, ਆਜ ਹਮਨੇ 2 ਪੰਪ ਸੇ ਸ਼ੁਰੂਆਤ ਕੀ ਹੈ, ਇਨਕਾ ਰਿਸਪਾਂਸ ਕੇ ਹਿਸਾਬ ਸੇ ਹਮ ਡਿਸਾਈਡ ਕਰੇਂਗੇ ਕਿ ਔਰ ਇਸਕੋ ਕਹਾਂ ਕਹਾਂ ਲੈ ਕੇ ਆਨਾ ਹੈ। ਜਿਹੜਾ ਪਾਵਰ 99 ਹੈ ਇਸਦਾ ਕੀ ਬੈਨੀਫਿਟ ਹੈ? ਦੇਖੀਏ, ਇਨ ਗਾੜੀਓ ਜੋ ਹੈ, ਇਨ ਗਾੜੀਆਂ ਹੈ, ਇਨ ਗਾੜੀਆਂ ਕੋ ਰਿਕੁਆਇਰਮੈਂਟ ਥਾ ਕਿ ਇਨਕੋ ਇੱਕ ਐਸਾ ਪੈਟਰੋਲ ਮਿਲੇ ਜੋ ਐਡਿਟਿਵ ਵਾਲਾ ਨਾ ਹੋ, ਜੋ ਪੈਟਰੋਲ ਮਿਲੇ ਜਿਸਕਾ ਆਕਟੇਨ ਜ਼ਿਆਦਾ ਹੋ, ਤਾਂ ਕਿ ਇਨਕੋ ਜੋ ਨੋਕਿੰਗ ਕਾ ਔਰ ਇਸ ਤਰ੍ਹਾਂ ਕੀ ਪ੍ਰੋਬਲਮ ਆਤੀ ਵੋ ਨਾ ਆਏ। 99 ਜੋ ਪੈਟਰੋਲ ਹੈ ਹਮਾਰਾ ਪਾਵਰ 99, ਯੇ ਇਸ ਬਾਤ ਕੋ ਇਨਸ਼ੋਰ ਕਰੇਗਾ। ਤੋ ਪਿੱਛੇ ਪਾਵਰ ਜਬ ਆਇਆ ਥਾ ਤੋ ਜੋ ਗਾੜੀਓ ਕੀ ਕੰਪਨੀ ਹੈ ਉਹਨੇ ਕਹਾ ਥਾ ਵੀ ਇਸਸੇ ਗਾੜੀਓ ਕੋ ਨੁਕਸਾਨ ਹੋ ਰਹਾ ਹੈ, ਤੋ ਕਿਆ ਮਤਲਬ ਕਿ ਜੋ ਪਾਵਰ 99 ਹੈ ਇਸ ਸੰਬੰਧ ਮੇ ਕੋਈ ਬਾਤਚੀਤ ਜਾਂ ਪਹਿਲੇ ਜੋ ਲੈਬੋਰਟਰੀ ਟੈਸਟ ਵਗੈਰਾ ਜਾਂ ਜੋ ਪਾਵਰ ਵਾਲੀ ਜੋ ਬਾਤ ਥੀ, ਮਤਲਬ ਕਿ ਉਹ ਪਾਵਰ ਜੋ ਮਿਸਮੈਨੇਜਮੈਂਟ ਵਾਲੀ ਜਾਂ ਮਿਸਕੈਲਕੂਲੇਸ਼ਨ ਵਾਲੀ ਜੋ ਬਾਤ ਥੀ, ਉਹ ਪਾਵਰ 99 ਮੇ ਤੋ ਨਹੀਂ ਨਜ਼ਰ ਆਏਗੀ? ਬਿਲਕੁਲ ਨਹੀਂ, ਐਸਾ ਕੁਛ ਨਹੀਂ ਹੈ ਜੀ। ਔਰ ਪਾਵਰ ਜੋ ਹਮਾਰਾ ਐਡਿਟਿਵ ਜੋ ਹਮ ਡਾਲਤੇ ਹੈ ਇਸਕੇ ਅੰਦਰ, ਉਹ ਐਡਿਟਿਵ ਇੱਕ US ਬੇਸਡ ਕੰਪਨੀ ਹੈ, ਉਹਨਾਂ ਨੇ ਇਸਕੋ ਸਰਟੀਫਾਈ ਕੀਆ ਲੈਬ ਮੇ, ਐਂਡ ਉਸਕੇ ਬਾਅਦ ਹੀ ਹਮਨੇ ਪਬਲਿਕ ਕੇ ਪਾਸ ਅਵੇਲੇਬਲ ਕਰਾਇਆ ਹੈ। ਅੱਜ ਕੱਲ੍ਹ ਨਾ ਇੱਕ 06 ਜੋ ਗਾੜੀਆਂ ਹੈ ਉਹ ਮਤਲਬ ਕਿ ਮਾਰਕੀਟ ਮੇ ਆਉਣੀ ਸ਼ੁਰੂ ਹੋ ਗਈ ਹੈ, ਔਰ ਜੋ ਪਹਿਲੇ ਹਮਾਰਾ ਪੈਟਰੋਲ ਆ ਰਹਾ ਥਾ ਉਹ 04 ਕੇ ਹਿਸਾਬ ਸੇ ਥਾ, ਤੋ ਪਿੱਛੇ ਸੇ ਚੱਲ ਵੀ ਰਹਾ ਥਾ ਵੀ ਜੋ ਪੈਟਰੋਲੀਅਮ ਕੰਪਨੀਆਂ ਹੈ ਉਹ ਆਪਣਾ ਪੈਟਰੋਲ ਚੇਂਜ ਕਰ ਰਹੀ ਹੈ, 04 ਸੇ 06 ਮੇ ਤਬਦੀਲ ਕਰੇ। ਚੰਡੀਗੜ੍ਹ ਮੇ ਇਹ ਕਬ ਸੇ ਸ਼ੁਰੂ ਹੋ ਜਾਏਗਾ? ਦੇਖੀਏ, ਚੰਡੀਗੜ੍ਹ ਮੇ ਆਲਰੇਡੀ 06 ਪੈਟਰੋਲ ਹੈ,
और अभी हमने जनवरी से सब जगह यूरो 6 देना शुरू कर दिया है, ताकि जो हमारा सिस्टम है उस पूरे सिस्टम से यहाँ तक कि आपकी गाड़ियों से भी ये फ्लश आउट हो जाए, और 1 अप्रैल 2020 से पूरे हिंदुस्तान में यूरो 6 पेट्रोल मिलेगा। तो उससे भी मेरे ख्याल पोल्यूशन काफ़ी कम होगा। देखिए उसके अंदर सल्फर के कंटेंट और रिड्यूस किया गया है, जो मेन कंट्रीब्यूटर है पोल्यूशन के लिए, तो जैसे कि सल्फर कम हो जाएगा इसलिए पोल्यूशन भी कम हो जाएगा। तो उससे कोई प्राइस तो नहीं बढ़ेगा आम पेट्रोल का जो यूरो 6 में आप कन्वर्ट किया? देखिए आज की तारीख में कोई इंक्रीज़ नहीं है, बट 1 अप्रैल 2020 को जब डिक्लेयर करेंगे कि अब यूरो 6 है उस समय एक नेट इंक्रीज आएगा। फिरोजपुर के कस्बा मल्लावाला चाड़ती है तो परेशान किसान वालों नहर से छाल मार के खुदकुशी करने की। मृतक किसान की पहचान उसके कपड़ियां तो मिले एक सुसाइड नोट ते पहचान पत्र अनुसार कश्मीर सिंह वासी मनो चज्जल वालों हुई है। मृतक किसान के पुत्र का कहना है कि उसके पिता पिछले कुछ समय तो मानसिक तौर से परेशान चल रहे थे, जिसके चलते ही उन्होंने खौफनाक कदम चुकया। फिरोजपुर के कस्बा मालवाला चाड़ती तो परेशान किसान वालों नहर च छाल मार के खुदकुशी करने का मामला सामने आया है, जिसकी पछाण कपड़ियां चो मिले एक सुसाइड नोट ते पछाण पत्र अनुसार कश्मीर सिंह वासी मनो चज्जल वजो हुई है। इस मौके गलबात करदिया मृतक किसान के पुत्र ने दसिया कि उसके पिता पिछले कुछ समय तो मानसिक तौर पर परेशान चल रहे सन, क्योंकि उन्होंने आड़ती फसल की खरीद नु लै के उन्होंने कोई केस चल रहा सी, जिस करके उन्होंने डराया ते धमकाया जाता सी, जिस दे चलदिया उन्होंने वालों आत्महत्या की गई है। ਉਹ ਤਾਂ ਸਾਡੇ ਤਿੰਨ ਚਾਰ ਵਜੇ ਆ ਗਏ ਜੀ, ਕਹਿੰਦੇ ਮੈਂ ਗੁਰਦੁਆਰੇ ਚੱਲਿਆ ਮੈਂ ਆਉਣਾ ਮਾਂ ਮੱਥਾ ਟੇਕ ਕੇ, ਅਤੇ ਮੋਰੋਂ ਮੈਂ ਫੋਨ ਲਾ ਰਿਹਾ ਬਾਅਦ ਕੋਈ ਘੰਟਾ ਦੋ ਵੀ ਲੱਗ ਗਿਆ ਟਾਈਮ ਵਾ, ਫਿਰ ਮੈਂ ਪਤਾ ਲੈ ਗਿਆ ਗੁਰਦੁਆਰੇ ਗਿਆ ਤਾਂ ਉੱਥੇ ਆਉਂਦੇ ਅਸੀਂ ਖਿਆਲ ਨਹੀਂ ਕੀਤਾ ਦਿਸਿਆ ਕਿਤੇ, ਬਾਅਦ ਵੀ ਉੱਥੇ ਪੁੱਛਦੇ ਪਤਾ ਇੱਧਰ ਤਾਂ ਸਾਨੂੰ ਪਤਾ ਨਹੀਂ ਸੀ, ਅਤੇ ਇੱਧਰ ਲੇਬਰ ਲੰਘੀ ਕੰਮ ਵਾਲੀ ਸਾਡੇ ਉੱਥੇ ਜਾਂਦੀ ਸਬਜ਼ੀ 'ਤੇ, ਉਹਨਾਂ ਜਾ ਕੇ ਦੱਸਿਆ ਵੀ ਆਹ ਉੱਥੇ ਤੁਹਾਡਾ ਮੋਟਰਸਾਈਕਲ ਖਲੋਤਾ ਬਾਪੂ ਜੀ ਦਾ, ਉਹ ਜਦੋਂ ਅਸੀਂ ਮੋਟਰਸਾਈਕਲ ਆ ਕੇ ਵੇਖਿਆ ਅਤੇ फिलहाल नहर दे पानी दे पद्धर ज्यादा होण करके लाश बाहर नहीं कढ़ी जा सकी। फिरोजपुर तो अक्षय गलोत्रा की रिपोर्ट, दैनिक सवेरा टीवी। करीब 2 करोड़ की लागत नाल बने जिला नवांशहर के थाने काठगढ़ का उद्घाटन करने डीजीपी दिनकर गुप्ता खुद पहुंचे। इस मौके डीजीपी दिनकर गुप्ता ने दावा किया है कि पंजाब च गैंगस्टरां का पूरी तरह नाल सफाया किया जाएगा, इसलिए पुलिस तंत्र नु होर भी मजबूत बनाया जाएगा। जिला नवांशहर का थाना काठगढ़ करीब 2 करोड़ की लागत नाल बनाया गया, जिसका उद्घाटन करने लई डीजीपी दिनकर गुप्ता खुद पहुंचे। इस मौके उन्होंने दावा किया कि पंजाब च गैंगस्टरां दा पूरी तरह सफाया किया जाएगा, जिस लई पुलिस तंत्र नू होर मजबूत बनाया गया। गैंगस्टर किस्म दे लोकां दे नाल आधुनिक हाँ साडा टेक्नोलॉजी इंप्रूवमेंट कैपेसिटी बिल्डिंग दे लई ते काफ़ी पद्धर ते काम चल रहा, तो गैंगस्टर से काफ़ी हद तक सानू कामयाबियां मिली हैं। असीं बाहरों भी गैंगस्टर्स नू जिवें सुखप्रीत बुढ़ा सी उन्हों असीं अर्मीनिया तो लैके आए हैगे हैं, सिर्फ 3-4 गैंगस्टर्स हैगे हैं जिहड़े कि रह गए हैगे हैं, कुछ एक्टिविटी पिछे हुशियारपुर च होई सी उत्थे भी असीं बंदे फड़े हैगे हैं। सो जिथे भी जो जो चीज़ चल रही है कुछ उन्हां दे भी जिहड़े 3-4 ਅਸੀਂ ਸਾਡੇ ਹਲੇ ਰਹਿ ਗਏ ਹੈਗੇ ਆ। ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਹਥਿਆਰਾਂ ਅਤੇ ਨਸ਼ੇ ਤੇ ਗੋਣ ਤੇ ਲਿਖਣ ਵਾਲਿਆਂ ਨਾਲ ਮੀਟਿੰਗ ਕਰਕੇ ਹੱਲ ਕੱਢਿਆ ਜਾਵੇਗਾ। ਡੀਐਸਪੀ ਅਤੁਲ ਸੋਨੀ ਬਾਰੇ ਵੀ ਉਹਨਾਂ ਨੇ ਸਖਤੀ ਵਰਤਣ ਦੇ ਸੰਕੇਤ ਦਿੱਤੇ। ਡੀਐਸਪੀ ਅਤੁਲ ਸੋਨੀ ਤੇ ਲੁਧਿਆਣਾ ਦੇ ਵਿੱਚ ਇੱਕ ਸਬ ਇੰਸਪੈਕਟਰ ਨੇ ਆਪਣੇ ਫਰੈਂਡ ਨੂੰ ਗੋਲੀ ਮਾਰੀ ਦੋਨਾਂ ਨੇ, ਤੇ ਇਸ ਕਲਚਰ ਇਹਨਾਂ ਨੂੰ ਸਾਡੀ ਜਿਹੜੀ ਪੁਲਿਸ ਫੋਰਸ ਹੈ ਮਤਲਬ ਸਾਡੀ ਕਰੀਬ 80,000 ਤੋਂ ਵੱਧ 81,000 ਦੇ ਨੇੜੇ ਤੇੜੇ ਦੀ ਪੁਲਿਸ ਫੋਰਸ ਹੈ, ਸੋ ਉਹਦੇ ਵਿੱਚ ਕੋਈ ਪਰਸੈਂਟੇਜ ਜਿੱਥੇ ਕੋਈ ਮਤਲਬ ਚੰਗੇ ਮਾੜੇ ਬੰਦੇ ਹੋ ਸਕਦੇ ਹੈ, ਗਲਤੀ ਵੀ ਕਰ ਲੈਂਦੇ ਹੈ, ਮਿਸਕੰਡਕਟ ਜਿੱਥੇ ਸਾਡੇ ਨੋਟਿਸ ਜਾਂਦਾ, ਚਾਹੇ ਅਤੁਲ ਸੋਨੀ ਦਾ ਹੋਵੇ ਚਾਹੇ ਦੂਸਰਾ ਹੋਵੇ, ਕਿਸੇ ਦੀ ਕਿਸੇ ਡਰੱਗ ਦੇ ਨਾਲ ਕੋਈ ਸੰਬੰਧ ਪਾਏ ਜਾਂਦੇ ਹੈ, ਤੁਸੀਂ ਦੇਖਿਆ ਅਸੀਂ ਮਤਲਬ 1 ਦਿਨ ਵੀ ਨਹੀਂ ਲਾਉਂਦੇ, ਡਿਸਮਿਸਲ ਵੀ ਕਰਦੇ ਹੈ ਦੂਸਰੀ, ਸੋ ਵੀ ਹੈਵ ਅ ਜ਼ੀਰੋ ਟੋਲਰੈਂਸ ਅਪਰੋਚ। ਨਵਾਂਸ਼ਹਿਰ ਤੋਂ ਨਰਿੰਦਰ ਰੱਤੂ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਖਡੂਰ ਸਾਹਿਬ ਦੇ ਪਿੰਡ ਦੀਨੇਵਾਲ ਵਿੱਚ ਉਸ ਵੇਲੇ ਹਫੜਾ ਦਫੜੀ ਫੈਲ ਗਈ ਜਦੋਂ ਮੀਟਰ ਪੁੱਟਣ ਆਏ ਬਿਜਲੀ ਮੁਲਾਜ਼ਮਾਂ ਨੂੰ ਕਿਸਾਨਾਂ ਨੇ ਘੇਰ ਲਿਆ ਅਤੇ ਮੀਟਰ ਲਗਾਉਣ ਤੇ ਹੀ ਛੱਡਣ ਦੀ ਚੇਤਾਵਨੀ ਦਿੱਤੀ। ਉੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਬਿਜਲੀ ਕਰਮਚਾਰੀਆਂ ਵੱਲੋਂ ਧੱਕੇ ਨਾਲ ਗਰੀਬ ਪਰਿਵਾਰਾਂ ਦੇ ਮੀਟਰ ਕੱਟੇ ਜਾ ਰਹੇ ਨੇ, ਜਦਕਿ ਵੱਡੇ ਅਦਾਰਿਆਂ ਦਾ ਲੱਖਾਂ ਦਾ ਬਿੱਲ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।
ਖਡੂਰ ਸਾਹਿਬ ਦੇ ਪਿੰਡ ਦੀਨੇਵਾਲ 'ਚ ਮੀਟਰ ਪੁੱਟਣ ਆਏ ਬਿਜਲੀ ਮੁਲਾਜ਼ਮਾਂ ਨੂੰ ਕਿਸਾਨਾਂ ਨੇ ਘੇਰ ਲਿਆ ਤੇ ਮੀਟਰ ਲਗਾਉਣ ਤੇ ਹੀ ਛੱਡਣ ਦੀ ਚੇਤਾਵਨੀ ਦਿੱਤੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਹਰਬਿੰਦਰਜੀਤ ਸਿੰਘ ਨੇ ਕਿਹਾ ਕਿ ਬਿਜਲੀ ਕਰਮਚਾਰੀਆਂ ਵੱਲੋਂ ਧੱਕੇ ਨਾਲ ਗਰੀਬ ਪਰਿਵਾਰਾਂ ਦੇ ਮੀਟਰ ਕੱਟੇ ਜਾ ਰਹੇ ਨੇ, ਜਦਕਿ ਵੱਡੇ ਅਦਾਰਿਆਂ ਦਾ ਲੱਖਾਂ ਦਾ ਬਿੱਲ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੁੰਦੀ। ਜਿਹੜੇ ਬਿਜਲੀ ਮੁਲਾਜ਼ਮ ਐਡੀਓ ਲੈਵਲ ਤੋਂ ਲੈ ਕੇ ਮਜ਼ਦੂਰਾਂ ਦੇ ਤੇ ਗਰੀਬ ਕਿਸਾਨਾਂ ਦੇ ਜਬਰੀ ਮੀਟਰ ਲਾਉਣ ਵਾਸਤੇ ਆਏ ਸੀ, ਜਦ ਸਾਨੂੰ ਇਹ ਪਤਾ ਲੱਗਾ ਤੇ ਇੱਥੇ ਪਹੁੰਚੇ ਆ, ਗੱਲਬਾਤ ਕੀਤੀ ਆ, ਪਰ ਗੱਲਬਾਤ ਕੇ ਸਿਰੇ ਨਹੀਂ ਲੱਗਦੀ। ਕਿਸੇ ਗਰੀਬ ਦਾ 500 ਰੁਪਇਆ ਵੇਲਿਆ, ਕਿਸੇ ਦਾ 1000 ਰੁਪਇਆ ਵੇਲਿਆ, ਪਰ ਇਹਨਾਂ ਧੱਕੇ ਨਾਲ ਉਹਨਾਂ ਨੇ ਮੀਟਰ ਲਾਏ ਆ। ਅਸੀਂ ਇਹਨਾਂ ਨੂੰ ਇਹ ਗੱਲ ਪੁੱਛਣੀ ਚਾਹੁੰਦੇ ਹਾਂ ਵੀ ਜਿਨ੍ਹਾਂ ਦਾ ਲੱਖਾਂ ਕਰੋੜਾਂ ਰੁਪਇਆ ਦਫ਼ਤਰਾਂ ਦਾ ਬਿੱਲ ਖਰੋਤਾ ਵਾ, ਉਹ ਬੇ ਮੀਟਰ ਕਿਉਂ ਨਹੀਂ ਪੁੱਟੇ ਜਾਂਦੇ? ਤੁਹਾਡਾ ਜਿਹੜਾ ਹਰ ਰੰਗ ਜਿਹੜਾ ਪਲਾਸ ਆ ਉਹ ਗਰੀਬ ਪਰਿਵਾਰਾਂ ਤੇ ਹੀ ਕਿਉਂ ਚੱਲਦਾ ਵਾ, ਜੋ ਕਿ ਸਾਨੂੰ ਇਹ ਮਨਜ਼ੂਰ ਨਹੀਂ। ਅਸੀਂ ਜੋਨ ਖਡੂਰ ਸਾਹਿਬ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅੱਜ ਇੱਥੇ ਬਿਜਲੀ ਮੁਲਾਜ਼ਮਾਂ ਦਾ ਘਿਰਾਓ ਕੀਤਾ ਵਾ, ਤੇ ਘਿਰਾਓ ਓਨਾ ਚਿਰ ਤੱਕ ਜਾਰੀ ਰਹੂਗਾ ਜਿੰਨਾ ਚਿਰ ਤੱਕ ਮਜ਼ਦੂਰਾਂ ਦੇ ਘਰਾਂ 'ਚ ਚਾਨਣ ਨਹੀਂ ਕਰਾ ਦਿੰਦੇ। ਭਾਵੇਂ ਰਾਤ ਲੱਗ ਜੇ, ਭਾਵੇਂ ਅਗਲਾ ਦਿਨ ਵੀ ਆ ਜੇ, ਪਰ ਜਿੰਨਾ ਚਿਰ ਤੱਕ ਇਹਨਾਂ ਗਰੀਬਾਂ ਦੇ ਘਰ ਬਿਜਲੀ ਜਿਹੜੀ ਆ ਉਹ ਜਗਦੀ ਅਸੀਂ ਕਰ ਨਹੀਂ ਦਿੰਦੇ। ਓਨਾ ਚਿਰ ਤੱਕ ਜਿਹੜੇ ਬਿਜਲੀ ਮੁਲਾਜ਼ਮ ਵੀ ਆ ਉਹ ਵੀ ਘੇਰ ਕੇ ਰੱਖੇ ਆ, ਉਹ ਵੀ ਨਹੀਂ ਕਿਤੇ ਜਾਣ ਦੇਣੇ ਤੇ ਆਪ ਨੂੰ ਜਾਣਾ, ਕਿਉਂਕਿ ਇਹ ਸਾਡਾ ਹੱਕ ਆ। ਕੱਲ DC ਸਾਹਿਬ ਨਾਲ ਮੀਟਿੰਗ ਹੀ 357 ਕਰੋੜ ਰੁਪਇਆ ਜਿਹੜਾ ਮਜ਼ਦੂਰਾਂ ਦੇ ਖਾਤਿਆਂ ਸੀ ਉਹ ਕਹਿੰਦੇ ਜੀ ਕੱਢਤਾ ਵਾ। ਬੇਸ਼ੱਕ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਗੱਲ ਠੀਕ ਵੀ ਹੋਵੇ, ਫੇਰ ਵੀ ਕਿਸੇ ਦੀ ਗਲਤੀ ਦੱਸ ਕੇ ਕਿਸੇ ਨੂੰ ਅਜਿਹਾ ਕਰਨ ਦੀ ਛੋਟ ਤੇ ਨਹੀਂ ਦਿੱਤੀ ਜਾ ਸਕਦੀ। ਖਡੂਰ ਸਾਹਿਬ ਤੋਂ ਰਵੀ ਖਹਿਰਾ ਦੀ ਰਿਪੋਰਟ, ਦੈਨਿਕ ਸਵੇਰਾ TV। ਹੁਸ਼ਿਆਰਪੁਰ ਵਿੱਚ ਇੱਕ ਔਰਤ ਦਾ ਪਰਸ ਖੋ ਕੇ ਫਰਾਰ ਹੋਣ ਵਾਲੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਤਸਵੀਰ CCTV ਕੈਮਰੇ 'ਚ ਕੈਦ ਹੋ ਗਈ ਹੈ। ਜਦੋਂ ਆਸ਼ਾ ਅਗਰਵਾਲ ਨਾਮ ਦੀ ਔਰਤ ਹਸਪਤਾਲ ਤੋਂ ਸੈਂਟਰਲ ਟਾਊਨ ਆਪਣੇ ਘਰ ਵੱਲ ਜਾ ਰਹੀ ਸੀ ਤੇ ਮੋਟਰਸਾਈਕਲ ਸਵਾਰ ਨੌਜਵਾਨ ਗਲੀ 'ਚ ਉਸਦਾ ਬੈਕ ਹੋ ਕੇ ਫਰਾਰ ਹੋ ਗਏ, ਪਰ ਗਲੀ 'ਚ ਇੱਕ ਘਰ ਦੇ ਬਾਹਰ ਲੱਗੇ CCTV 'ਚ ਲੁਟੇਰਿਆਂ ਦੀ ਤਸਵੀਰ ਕੈਦ ਹੋ ਗਈ। ਹੁਸ਼ਿਆਰਪੁਰ ਵਿੱਚ ਇੱਕ ਔਰਤ ਦਾ ਪਰਸ ਖੋ ਕੇ ਫਰਾਰ ਹੋਣ ਵਾਲੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਤਸਵੀਰ CCTV 'ਚ ਕੈਦ ਹੋ ਗਈ ਹੈ। ਜਦੋਂ ਆਸ਼ਾ ਅਗਰਵਾਲ ਨਾਮ ਦੀ ਇਹ ਔਰਤ ਹਸਪਤਾਲ ਤੋਂ ਸੈਂਟਰਲ ਟਾਊਨ ਆਪਣੇ ਘਰ ਵੱਲ ਜਾ ਰਹੀ ਸੀ ਤਾਂ ਮੋਟਰਸਾਈਕਲ ਸਵਾਰ ਇਹ ਨੌਜਵਾਨ ਡਾਕਟਰ ਸਤੀਸ਼ ਅਗਰਵਾਲ ਵਾਲੀ ਗਲੀ 'ਚ ਇਸ ਦਾ ਬੈਗ ਖੋ ਕੇ ਫਰਾਰ ਹੋ ਗਏ, ਪਰ ਗਲੀ 'ਚ ਇੱਕ ਘਰ ਦੇ ਬਾਹਰ ਲੱਗੇ CCTV 'ਚ ਲੁਟੇਰਿਆਂ ਦੀ ਤਸਵੀਰ ਆ ਗਈ। ਮੇਰੇ ਨਾਲ ਹਾਦਸਾ ਬਹੁਤ ਜ਼ਿਆਦਾ ਵੱਡਾ ਹਾਦਸਾ ਹੋਇਆ ਕਿ ਜਿਹੜਾ ਕਿ ਹੁਸ਼ਿਆਰਪੁਰ 'ਚ ਬੰਦਾ ਸੋਚ ਵੀ ਨਹੀਂ ਸਕਦਾ। ਔਰਤ ਨੂੰ ਤੁਸੀਂ ਗਲੀ 'ਚੋਂ ਵੀ, ਮੈਂ ਆਪਣੇ ਘਰ ਤੋਂ ਵੀ ਬਾਹਰ ਨਹੀਂ ਜਾ ਸਕਦੀ। ਮੈਂ ਕੱਲ੍ਹ ਕਿਸੇ ਦੇ ਘਰੋਂ ਅਫਸੋਸ ਕਰਕੇ ਆ ਰਹੀ ਹਾਂ ਔਰ ਕਿੱਟੀ ਦੇ, ਮੇਰੀ ਕਿੱਟੀ ਹੋਈ, ਕਿੱਟੀ ਦੇ ਪੈਸੇ ਉਸ ਪਰਸ ਵਿੱਚ ਸੀ, ਉਹਦੇ 'ਚ 20,000 ਰੁਪਈਆ ਸੀ, ਹੋਰ ਵੀ ਸੀ ਉਹਦੇ 'ਚ, ਉਹ ਮੈਨੂੰ ਪਤਾ ਨਹੀਂ ਕਿੰਨੇ ਪੈਸੇ ਸੀ ਹੋਰ। ਅਤੇ ਮੈਂ ਆਉਂਦੇ ਆਉਂਦੇ ਅਫਸੋਸ ਕਰਕੇ ਆਈ ਜਗਤਪੁਰੇ ਕਿਸੇ ਦੇ ਘਰ, ਉੱਥੋਂ ਆਉਂਦੇ ਆਉਂਦੇ ਸਿੱਧੇ ਡਾਕਟਰ ਅਗਰਵਾਲ ਦੇ ਘਰ ਦੇ ਅੱਗੇ ਮੈਂ ਆ ਰਹੀ ਸੀ ਅਤੇ ਉੱਥੇ ਮੈਨੂੰ ਉਹਨਾਂ ਨੇ ਇੱਕ ਦੋ ਲੜਕੇ ਆਏ ਮੋਟਰਸਾਈਕਲ 'ਤੇ, ਉਹਨਾਂ ਨੇ ਮੇਰਾ ਪਰਸ ਇੰਨੇ ਜ਼ੋਰ ਨਾਲ ਖਿੱਚਿਆ ਕਿ ਮੈਂ ਲੁਟਕ ਗਈ ਔਰ ਮੈਂ ਆਪਣਾ ਪਰਸ ਬੜਾ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਉਹ ਪਰਸ ਲੈ ਕੇ ਚਲੇ ਗਏ। ਸਾਰੇ ਉੱਥੇ 50 ਲੋਕ ਕਮ ਸੇ ਕਮ ਖੜ੍ਹੇ ਸੀ, CCTV ਕੈਮਰਾ ਅੰਦਰ ਲੱਗਿਆ ਹੋਇਆ ਸੀ, ਸਾਰਾ ਕੁਛ ਉਹਦੇ ਵਿੱਚ ਆਇਆ। ਪੁਲਿਸ 5 ਮਿੰਟ ਬਾਅਦ ਪੁਲਿਸ ਪਹੁੰਚ ਗਈ, ਕਹਿ ਕੇ ਗਏ HSO ਸਾਹਿਬ, ਕਹਿ ਕੇ ਗਏ ਆ ਜ਼ਰੂਰ ਪੈਸੇ ਤੁਹਾਡੇ ਮਿਲ ਜਾਣਗੇ। ਥਾਣਾ ਸਿਟੀ ਦੇ SHO ਗੋਬਿੰਦ ਕੁਮਾਰ ਦੇ ਮੁਤਾਬਿਕ CCTV ਫੁਟੇਜ ਉਹਨਾਂ ਨੂੰ ਮਿਲ ਗਈ ਹੈ ਅਤੇ ਉਸ ਵਿੱਚ ਮੋਟਰਸਾਈਕਲ ਵੀ ਪਛਾਣਿਆ ਜਾ ਰਿਹਾ ਹੈ, ਜਲਦੀ ਹੀ ਗ੍ਰਿਫਤਾਰੀ ਵੀ ਹੋਏਗੀ। ਡਾਕਟਰ ਅਗਰਵਾਲ ਦੀ ਗਲੀ ਜਿਹੜੀ ਸਟਰੀਟ ਗਲੀ ਆ ਉਹਦੇ ਵਿੱਚ ਕੋਈ ਲੇਡੀ ਆ ਰਹੀ ਸੀਗੀ ਕੋਈ ਸ਼ਾਮ ਨੂੰ 5 ਵਜੇ ਦੇ ਕਰੀਬ, ਜਿਸਨੇ ਆਪਣੇ ਸੱਜੇ ਹੱਥ ਵਿੱਚ ਬੈਗ ਫੜਿਆ ਹੋਇਆ ਸੀਗਾ ਅਤੇ ਕੋਈ ਦੋ ਮੋਟਰਸਾਈਕਲ ਸਵਾਰ ਆਏ ਅਤੇ ਉਹਦਾ ਬੈਗ ਖੁੱਕੇ ਉਹਦੇ ਕੋਲ ਲੈ ਗਏ ਅਤੇ ਉਸ ਸੰਬੰਧ ਦੇ ਵਿੱਚ CCTV ਫੁਟੇਜ ਸਾਡੇ ਕੋਲ ਆਈ ਹੈ ਅਤੇ ਅਸੀਂ ਜਲਦੀ ਹੀ ਇਸ ਦਾ ਕੇਸ ਦਾ ਖੁਲਾਸਾ ਕਰ ਦਿਆਂਗੇ। ਕਿ ਪਰਸ ਦੇ ਵਿੱਚ ਕਿੰਨੇ ਕੁ ਪੈਸੇ ਵਗੈਰਾ ਸੀ? ਜਿਹੜੇ CCTV 'ਚ ਦੋ ਨੌਜਵਾਨ ਲੜਕੇ ਆ ਬਿਨਾਂ ਨੰਬਰ ਦੇ ਸਪਲੈਂਡਰ ਮੋਟਰਸਾਈਕਲ 'ਤੇ ਨੇ ਬਿਨਾਂ ਨੰਬਰ ਦੇ, ਉਹ ਲੜਕੀ ਦੇ ਜਿਹੜੀ ਔਰਤ ਦੇ ਬਿਆਨ ਮੁਤਾਬਕ ਵੀ ਉਸਦੇ ਕੋਲ 20,000 ਰੁਪਈਆ ਸੀ। ਹੁਸ਼ਿਆਰਪੁਰ ਤੋਂ ਅੰਕੁਸ਼ ਗੋਇਲ ਦੀ ਰਿਪੋਰਟ, ਦੈਨਿਕ ਸਵੇਰਾ TV। ਤੇ ਸਨ ਹੁਣ ਤੱਕ ਦੀਆਂ ਖਬਰਾਂ, ਮੈਨੂੰ ਹਰਮਨ ਨੂੰ ਦਿਓ ਇਜਾਜ਼ਤ, ਜ਼ਿਆਦਾ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ TV ਦੇ ਨਾਲ।